अगली खबर वाल चलिए पे। लॉस एंजलस दे कुछ ऑर्गेनाइजर्स आ वो सपोर्ट कर रहे हैं माइग्रेंट्स नू बसां दे राही भेजण दे लई, उस तरीके दे नाल नहीं जिद्दां टैक्सस वाले गवर्नर एबट साहब भेज रहे हैं। हाँ जी, नहीं एलए दे वल भेजे जा रहे हैं, चल ते ठीक जिहड़ियां दो एक एबर्ट ने बहुत जोर चक्या, ते एक डीसेंटिस ने जिहड़ा हैगा फ्लोरिडा। उन्हें फ्लोरिडा तो उन्होंने ने बड़ा जोर चक्या। सो बसां भर के जी टैक्सस तो आ रही हूँ यूनियन स्टेशन लॉस एंजलस डाउनटाउन जिन्हां नूं पता, ते सेंट एंथनीज उत्थे जिहड़ा कैथोलिक चर्च हैगा, क्रिश्चियन कैथोलिक चर्च हैगा, ते उहदे मोहरे जिहड़ियां हुण बसां इन्होंने खड़ियां करनियां शुरू कीतियां। ते इहदे विच हुण 20 घंटे तो ज़्यादा जिहड़ा सफ़र करके पेरेंट्स ते जिहड़े बच्चे उहनां दे कई इनफेंट भी जिहड़े छोटे ਉਹ ਜਿਹੜੇ 20 20 ਘੰਟੇ ਜਿਹੜੇ ਸਫ਼ਰ ਕਰਕੇ ਹੁਣ ਆ ਰਹੇ ਆ। ਤੇ ਇੱਕ ਹੁਣ ਹੋਰ ਉਹਦੇ ਵਿੱਚ ਕਈ ਕਹਾਣੀਆਂ, ਕਈ ਕਰੈਕਟਰ ਨਿਕਲੇ ਆ। ਇੱਕ ਲੇਡੀ ਸੀਗੀ, ਉਹਦਾ ਹਸਬੈਂਡ ਤੋਂ ਅਲੱਗ ਹੋ ਗਈ ਬਾਰਡਰ ਤੇ, जी ਤੇ ਹੁਣ ਲੈਵਲ ਭੇਜ ਤਾ ਉਹਨਾਂ ਨੇ ਬੱਸ ਪਾ ਕੇ, ਘਰ ਵਾਲਾ ਜਿਹੜਾ ਉਹਨੂੰ ਟੈਕਸਿਸ ਡਿਟੈਂਸ਼ਨ 'ਚ ਰੱਖਿਆ, ਤੇ ਫੈਮਿਲੀਆਂ ਕਹਿ ਲਓ ਇੱਦਾਂ ਜੋਗਾ। ਹੁਣ ਤੁਸੀਂ ਉਹਨੂੰ ਸੋਚੋ ਤਾਂ ਬੱਸਾਂ ਜਿਹੜੀਆਂ ਧੱਕੇ ਨਾਲ ਭਰ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਭੇਜ ਦਿੰਦੇ ਆ, ਪਰ ਦੇਖੋ ਫੈਮਿਲੀ ਸਪਲਿਟ ਹੋ ਜਾਂਦੀ ਹੈ। ਜਿਹੜਾ ਹੁਣ ਟੈਕਸਸ 'ਚ ਵਿਚਾਰਾ ਫਸਿਆ ਡਿਟੈਂਸ਼ਨ 'ਚ, ਉਹਨੇ ਤਾਂ ਉੱਥੇ ਰਹਿਣਾ। जी ਤੇ ਇੱਥੇ ਇਹ ਜਿਹੜੀ ਹੁਣ ਲੇਟੈਸਟ ਖਬਰ ਆ, 42 42 ਜਣੇ ਇਹਦੇ ਵਿੱਚ ਸੀਗੇ, ਗਵਾਟੇਮਾਲਾ, ਵੈਨਜ਼ੁਏਲਾ, ਹੇਟੀ ਤੇ ਚਾਈਨਾ, ਇਹ ਕੰਟਰੀਆਂ ਦੇ ਜਿਹੜੇ ਜ਼ਿਆਦਾ ਇਮੀਗ੍ਰੈਂਟ ਸੀਗੇ। ਤੇ 21,600 ਮਾਈਗ੍ਰੈਂਟ ਹੈਗੇ ਜਿਹੜੇ ਕਿ ਹੁਣ ਇਹਨਾਂ ਨੇ ਬੱਸਾਂ ਭਰ ਕੇ ਆਲਰੇਡੀ ਟਰਾਂਸਪੋਰਟ ਜਿਹੜੇ ਕਰ ਚੁੱਕੇ ਆ। जी ਤੇ ਗ੍ਰੈਗ ਅਬੋਟ ਦਾ ਇਹ ਜਿਹੜਾ ਪਲਾਨ ਸੀਗਾ ਸਭ ਤੋਂ ਪਹਿਲਾਂ, ਹੈਨਾ, ਪਿਛਲੇ ਸਾਲ ਉਹਨਾਂ ਨੇ ਸ਼ੁਰੂ ਕੀਤਾ ਹੈਗਾ। ਜਿਹੜੀਆਂ ਬੱਸਾਂ ਇਹ ਜਾ ਰਹੀਆਂ ਵਾਸ਼ਿੰਗਟਨ ਡੀਸੀ, ਨਿਊਯਾਰਕ ਸਿਟੀ, ਸ਼ਿਕਾਗੋ, ਫਿਲਾਡੈਲਫੀਆ ਤੇ ਡੈਨਵਰ, ਇਹ ਜਿਹੜੇ ਸ਼ਹਿਰ ਇਹਨਾਂ ਨੇ ਟਾਰਗੇਟ ਕੀਤੇ ਆ ਰਿਪਬਲਿਕਨਸ ਨੇ। ਤੇ ਜਿਹੜਾ ਅਬੋਟ ਆ, ਜੇ ਤੋਂ ਪੁੱਛਿਆ ਜਾਵੇ, ਉਹ ਕਹਿੰਦਾ ਕਿ ਇਹ ਸਾਰਾ ਕਸੂਰ ਜਿਹੜਾ ਹੈਗਾ ਬਾਈਡਨ ਦਾ, ਕਿਉਂਕਿ ਉਹ ਕਹਿੰਦਾ ਬਾਈਡਨ ਨੇ ਜਿਹੜੇ ਸਾਰੇ ਉਹ ਬਾਰਡਰ ਟਾਊਨ ਹੈਗੇ ਉਹਨਾਂ ਨੂੰ ਓਵਰਵੈਲਮ ਕਰਤਾ, ਇਮੀਗ੍ਰੈਂਟ ਬਹੁਤ ਜ਼ਿਆਦਾ ਆ ਗਏ, ਸਾਡੇ ਕੋਲ ਹੈਂਡਲ ਹੋ ਨਹੀਂ ਸਕਦੇ, ਸਾਡੇ ਕੋਲ ਵਿਵਸਥਾ ਹੈ ਨਹੀਂ ਜੀ। ਤੇ ਉਹ ਕਹਿੰਦਾ ਕਿ ਆਪਾਂ ਇਹੀ ਚੀਜ਼ਾਂ ਕਰਾਂਗੇ ਜਦ ਤੱਕ ਕਿ ਬਾਈਡਨ ਬਾਰਡਰ ਨੂੰ ਸਿਕਿਓਰ ਨਹੀਂ ਕਰ ਲੈਂਦਾ। ਤੇ ਜਿਹੜਾ ਕਹਿੰਦਾ ਕਿ ਐਲਏ ਆਪਣੇ ਭੇਜੇ ਆ, ਕਹਿੰਦਾ ਐਲਏ ਨੇ ਤੇ ਪਹਿਲਾਂ ਹੀ ਆਪਣੀ ਅਨਾਉਂਸਮੈਂਟ ਕੀਤੀ ਆ ਕਿ ਆਪਾਂ ਜਿਹੜੀ ਸਾਡੀ ਸਿਟੀ ਹੈ, ਸੈਂਚਰੀ ਸਿਟੀ ਆ, ਆਪਾਂ ਇਮੀਗ੍ਰੈਂਟਾਂ ਨੂੰ ਵੈਲਕਮ ਕਰਦੇ ਆ। ਤੇ ਕਹਿੰਦਾ ਕਿ ਉਹਨਾਂ ਨੇ ਆਪ ਵੀ ਸੱਦਾ ਪੱਤਰ ਦਿੱਤਾ, ਤੇ ਕਿਉਂਕਿ ਉਹਨਾਂ ਨੇ ਸੱਦਾ ਪੱਤਰ ਦਿੱਤਾ, ਆਪਾਂ ਉਹਨਾਂ ਦੀ ਰਿਕੁਐਸਟ ਆਨਰ ਕਰਾਂਗੇ। ਤੇ ਜਿਹੜੀ ਦੂਜੀ ਗੱਲ ਇਹ ਕਹਿੰਦਾ ਕਿ ਕਹਿੰਦਾ ਐਂਡ ਆਫ ਦਾ ਡੇ ਜਿਹੜੇ ਇਮੀਗ੍ਰੈਂਟ ਆ, ਕਹਿੰਦਾ ਉਹ ਵੀ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਡੀਸੀ ਇਹ ਵਾਲੇ ਸ਼ਹਿਰਾਂ 'ਚ ਜਾਣਾ ਚਾਹੁੰਦੇ ਆ। ਤੇ ਕਹਿੰਦਾ ਜੇ ਜਾਣਾ ਹੀ ਚਾਹੁੰਦੇ ਆ ਤੇ ਕਹਿੰਦਾ ਆਪਾਂ ਉਹਨਾਂ ਦੀ ਹੈਲਪ ਕਰ ਰਹੇ ਹਾਂ, ਆਪਾਂ ਉਹਨਾਂ ਤੋਂ ਪਹਿਲਾਂ ਹੀ ਜਿਹੜੀ ਫ੍ਰੀ ਟਿਕਟ ਲਾ ਕੇ ਜਿਹੜੀ ਆਪਣੇ ਟੈਕਸ ਪੇਅਰ ਮਨੀ ਤੇ ਭੇਜ ਰਹੇ ਆ। ਤੇ ਇਹਦੇ ਹੁਣ ਜਿਹੜਾ ਐਲਏ ਦਾ ਕਾਉਂਸਲ ਮੈਂਬਰ ਹੈਗਾ ਹਰਨੈਂਡੇਜ਼, जी ਉਹਨੇ ਕਿਹਾ ਕਿ ਜਿਹੜਾ ਅਬੋਟ ਹੈ ਇਹ ਵੀਕ ਮਾਈਂਡਡ ਹੈ, ਇਹ ਵੀਕ ਮਾਈਂਡਡ ਬੰਦਾ, ਇਹ ਫਾਰ ਰਾਈਟ ਪੋਲੀਟੀਸ਼ੀਅਨ ਆ ਜਿਹੜਾ ਕਿ ਆਪਣਾ ਜਿਹੜਾ ਸਟੇਟ ਦਾ ਕ੍ਰਾਈਸਿਸ ਸੋਲਵ ਨਹੀਂ ਕਰ ਪਾ ਰਿਹਾ, ਤੇ ਜਿਹੜਾ ਪੋਲੀਟੀਕਲ ਮਾਈਲੇਜ ਲਈ ਇਦਾਂ ਦੇ ਜਿਹੜੇ ਪਸੰਦ ਆ ਉਹ ਕਰ ਰਿਹਾ ਕਿ ਲੋਕਾਂ ਨੂੰ ਬੱਸਾਂ 'ਚ ਪਾ ਕੇ ਧੱਕੇ ਨਾਲ ਜਾਂ ਗੁੰਮਰਾਹ ਕਰਕੇ ਭੇਜ ਰਹੇ ਆ। ਤੇ ਕਹਿੰਦਾ ਉਹਨੂੰ ਐਜ਼ ਅ ਲੀਡਰ ਤੁਹਾਨੂੰ ਡੀਲ ਕਰਨਾ ਚਾਹੀਦਾ ਕ੍ਰਾਈਸਿਸ ਨਾਲ, ਪਰ ਤੁਸੀਂ ਇਹਨੂੰ ਇੱਕ ਪੋਲੀਟੀਕਲ ਸਟੰਟ ਵਜੋਂ ਤੁਸੀਂ ਇਹਨੂੰ ਮੁੱਕ ਰਹੇ ਆ। ਤੇ ਉਹ ਕਹਿੰਦਾ ਕਿ ਜਿਹੜੀ ਸਿਟੀ ਹੈ ਐਲਏ ਦੀ, ਲੋਸ ਐਂਜਲਸ ਦੀ, ਇਹ ਸਾਰਿਆਂ ਦੇ ਵਾਸਤੇ ਖੁੱਲੀ ਆ, ਤੇ ਆਪਾਂ ਰੈਡੀ ਟੂ ਸਪੋਰਟ ਆ, ਜਿਹੜੇ ਬੰਦੇ ਜਦੋਂ ਵੀ ਆਉਗੇ ਆਪਾਂ ਇਹਨਾਂ ਨੂੰ ਸਪੋਰਟ ਕਰਾਂਗੇ। ਤੇ ਫਲੋਰੀਡਾ ਦੇ ਜਿਹੜੇ ਲੋਕੀ, ਫਲੋਰੀਡਾ ਦਾ ਜਿਹੜਾ ਗਵਰਨਰ ਸੀਗਾ, ਉਹਨੇ ਵੀ ਆਪਾਂ ਦੱਸਿਆ ਕਿ ਦੋ ਚਾਰਟਰਡ ਫਲਾਈਟਾਂ, ਉਹਨੇ ਤਾਂ ਬੱਸਾਂ ਵੀ ਛੱਡੋ, ਫਲਾਈਟਾਂ ਚਾਰਟਰਡ ਫਲਾਈਟਾਂ ਕਰਕੇ 36 ਮਾਈਗ੍ਰੈਂਟ ਉਹਨੇ ਪਿਛਲੇ ਹਫ਼ਤੇ ਜਿਹੜੇ ਸਪਲੀਮੈਂਟ ਭੇਜੇ ਸੀਗੇ ਜੀ ਜਨਤਾ। ਤੇ ਇਹ ਜਿਹੜੇ ਹੁਣ ਐਲਏ ਦੇ ਵਿੱਚ ਆਏ ਆ, ਕਈਆਂ ਦੀਆਂ ਹੇਰਿੰਗਾਂ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਸੈੱਟ ਆ, ਕਿਸੇ ਦੀ ਨਿਊਯਾਰਕ ਸੀਗੀ, ਕਿਸੇ ਦੀ ਟੈਕਸਸ ਸੀਗੀ। ਇਹ ਹੁਣ ਜਿੱਦਾਂ ਉਹਨਾਂ ਨੂੰ ਧੱਕੇ ਨਾਲ ਭੇਜ ਦਿੰਦੇ ਆ, ਉਹਨਾਂ ਨੂੰ ਹੁਣ ਪਤਾ ਨਹੀਂ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਰਕਾਰ ਨੇ ਭੇਜਿਆ ਵਾ, ਜੋ ਵੀ ਕਰੂਗੇ ਸਹੀ ਕਰੂਗੇ। ਤੇ ਜੀ ਕਈ ਲੋਕਾਂ ਦੀਆਂ ਹੁਣ ਮਾਸਟਰ ਹੇਰਿੰਗ ਜਿਹੜੀਆਂ ਸੀਗੀਆਂ ਉਹ ਵਿਚਾਰਿਆਂ ਦੀਆਂ ਮਿਸ ਹੋ ਗਈਆਂ, ਤੇ ਜੀ ਕਈਆਂ ਦੇ ਰਿਪੂਟੇਸ਼ਨ ਜਿਹੜੇ ਆਰਡਰ ਆ ਉਹ ਧੱਕੇ ਨਾਲ ਜਿਹੜੇ ਲੱਗ ਗਏ। ਉਹਨਾਂ ਲੱਗਦਾ ਸੀ ਸਰਕਾਰ ਭੇਜ ਰਹੀ ਹੈ, ਪੁਲਿਸ ਭੇਜ ਰਹੀ ਹੈ, ਸ਼ਾਇਦ ਉਹਨਾਂ ਨੇ ਪਿੱਛੋਂ ਗੱਲ ਕਰ ਲਈ ਹੋਣੀ, ਤੇ ਕਈਆਂ ਨੂੰ ਟੈਕਸਸ ਹਾਜ਼ਰੀ ਲਾਉਣ ਲਈ ਕਿਹਾ ਸੀਗਾ। ਤੇ ਕਾਫੀ ਜਿਹੜਾ ਇਮੀਗ੍ਰੇਸ਼ਨ ਨਾਲ ਵੀ ਛੇੜਖਾਨੀ ਜਿਹੜਾ ਨੇ ਟੈਕਸਸ ਉਹਨਾਂ ਨੇ ਕਰਤੀ ਆ। ਤੇ ਉਹ ਬੇਸਿਕਲੀ ਕੀ ਕਹਿੰਦੇ ਹੁਣ ਜਿਹੜੇ ਸਾਰੇ ਲੋਕ ਸਾਹਮਣੇ ਇਹੀ ਕਹਿ ਰਹੇ ਕਿ ਇਹ ਪੋਲੀਟੀਕਲ ਸਟੰਟ ਹੈ, ਤੇ ਇਹ ਜਿਹੜੇ ਲੋਕੀ ਹੈ ਇਹਨਾਂ ਦਾ ਜਿਹੜਾ ਕਹਿ ਲਓ ਇਨਸਾਨੀਅਤ ਹੁੰਦੀ ਆ ਉਹਨੂੰ ਨਹੀਂ ਦੇਖਦੇ ਪਏ। ਇਹ ਤੇ ਜਿੱਦਾਂ ਹੁਣ ਭਾਵੇਂ ਬੰਦਾ ਕੱਚਾ ਵਾ, ਪਰ ਇੱਕ ਤਰੀਕੇ ਨਾਲ ਕਰਨਾ ਚਾਹੀਦਾ ਸੀਗਾ। ਜੇ ਉਹਨਾਂ ਨੂੰ ਭੇਜਣਾ ਵਾ ਕੈਲੀਫੋਰਨੀਆ, ਠੀਕ ਆ, ਚੰਗੀ ਗੱਲ ਆ, ਪਰ ਜਿਹੜੇ ਤਰੀਕੇ ਨਾਲ ਭੇਜ ਰਹੇ ਆ ਕਿ ਉਹਨਾਂ ਨੂੰ ਇੱਕ ਪਿਆਦਾ ਬਣਾ ਕੇ ਉਹਨਾਂ ਨਾਲ ਖੇਡਿਆ ਜਾ ਰਿਹਾ, ਖੇਡ ਖੇਡਿਆ ਜਾ ਰਿਹਾ, ਇਹ ਨਹੀਂ ਸਹੀ ਕੰਮ ਕਰ ਰਹੇ। ਇਹ ਜਿਹੜਾ ਹੈਗਾ ਬੰਦੇ ਦੀ
ਹਿਊਮੈਨਿਟੀ ਨੂੰ ਟੇਕ ਅਵੇ ਕਰਦਾ ਵਾ। ਸੋ ਕਹਿੰਦੇ ਕਿ ਇਹ ਜਿਹੜੇ ਲੋਕੀ ਆ ਉਹ ਰਿਸਪੈਕਟ ਡਿਮਾਂਡ ਕਰਦੇ ਆ, ਇਹਨਾਂ ਦਾ ਇੱਦਾਂ ਨਹੀਂ ਕਰਨਾ ਚਾਹੀਦਾ ਟੈਕਸਿਸ ਨੂੰ। ਅਤੇ ਜਿਹੜੀ ਡੇਨੀਐਲਾ ਅਰਬੀਨਾ ਜਿਹੜੀ ਐਲਏ ਕਾਉਂਟੀ ਦੀ ਸੁਪਰਵਾਈਜ਼ਰ ਆ, ਉਹਦੇ ਆਫਿਸ ਲਈ ਕੰਮ ਕਰਦੀ ਆ, ਉਹਨੇ ਵੀ ਉਹੀ ਕਿਹਾ ਕਿ ਪਿਛਲੇ ਸਾਲ ਆਪਾਂ ਚੱਕੂ ਨੂੰ ਵੇਖਿਆ ਸੀਗਾ ਇੱਦਾਂ ਕਰਦੇ, ਜਦੋਂ ਮਾਰਥਾ ਵਿਨਿਆਰਡ ਦੇ ਵਿੱਚ ਮੈਸਾਚੂਸੈਟਸ ਦੇ ਵਿੱਚ ਉਹਨਾਂ ਨੇ ਬੰਦੇ ਭੇਜੇ ਸੀ, ਅਤੇ ਕਮਲਾ ਹੈਰਿਸ ਦੇ ਘਰ ਦੇ ਬਾਹਰ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਨੇ ਬੰਦੇ ਭੇਜੇ ਸੀ, ਅਤੇ ਕਹਿੰਦੇ ਉਦੋਂ ਤੋਂ ਆਪਾਂ ਨੂੰ ਪਤਾ ਹੀ ਸੀਗਾ ਕਿ ਇੱਦਾਂ ਕੁਛ ਇਹਨਾਂ ਨੇ ਡਰਾਮਾ ਕਰਨਾ ਇਲੈਕਸ਼ਨ ਤੋਂ ਪਹਿਲਾਂ, ਤਾਂ ਆਪਾਂ ਰੈਡੀ ਹਾਂ। ਅਤੇ ਇਹਨਾਂ ਨੇ ਇੱਕ ਸੰਸਥਾ ਬਣਾਈ ਹੈ ਐਲ ਏ ਵੈਲਕਮਸ ਕਲੈਕਟਿਵ, ਅਤੇ ਇਹ ਜਿਹੜੀ ਨੋਨ ਪ੍ਰੋਫਿਟ ਸੰਸਥਾ ਹੈ ਇਹਨੂੰ ਕੋਈ ਵੀ ਡੋਨੇਟ ਕਰ ਸਕਦਾ ਵਾ, ਐਲ ਏ ਵੈਲਕਮਸ ਕਲੈਕਟਿਵ। ਅਤੇ ਜਿਹੜੀ ਨੋਨ ਪ੍ਰੋਫਿਟ ਸੰਸਥਾ ਇਹ ਜਿਹੜੇ ਆਵਲੇ ਇਮੀਗ੍ਰੈਂਟ ਸਾਰੇ ਇਹਨਾਂ ਦਾ ਫਿਰ ਖਰਚਾ ਪਾਣੀ ਚੱਕਦੀ ਆ, ਖਾਣ ਪੀਣ ਨੂੰ ਦਿੰਦੀ ਆ, ਉਹਨਾਂ ਨੂੰ ਮੇਕ ਸ਼ੋਰ ਕਰਦੀ ਆ ਕਿ ਉਹਨਾਂ ਨੂੰ ਕਿਤੇ ਰਹਿਣ ਰਹਿਣ ਨੂੰ ਮਿਲੇ ਅਤੇ ਸਿੱਧੇ ਤੋਂ ਸੜਕਾਂ 'ਤੇ ਨਾ ਜਾਣ। ਅਤੇ ਬੇਸਿਕਲੀ ਜਿਹੜਾ ਹੈਗਾ ਕਿ ਕੈਲੀਫੋਰਨੀਆ ਵਗੈਰਾ ਅਮੀਰ ਸਟੇਟਾਂ ਦਾ ਬਜਟ ਵੀ ਉਹਨਾਂ ਦਾ ਵਧੀਆ ਵਾ, ਲੋਕਾਂ ਦੀ ਫੰਡਿੰਗ ਇਹਨਾਂ ਨੂੰ ਚੰਗੀ ਹੈਗੀ ਆ, ਅਤੇ ਇਹ ਜਿਹੜਾ ਕ੍ਰਾਈਸਿਸ ਸਹੀ ਤਰੀਕੇ ਨਾਲ ਹੈਂਡਲ ਕਰ ਰਹੇ ਆ। ਜੀ ਬਿਲਕੁਲ, ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਸਿਟੀਜ਼ ਉਹ ਸੈਂਕਚਰੀ ਸਿਟੀਜ਼ ਆ, ਕਈ ਸੈਂਕਚਰੀ ਸਟੇਟਸ ਆ। ਉਹਦਾ ਮਤਲਬ ਇਹ ਆ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਜੋ ਲੋਕਲ ਪੁਲਿਸ ਆ ਉਹ ਫੈਡਰਲ ਜਿੱਦਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਦੇ ਨਾਲ ਇਮੀਗ੍ਰੇਸ਼ਨ ਮੈਟਰ ਦੇ ਉੱਤੇ ਉਹ ਕੋਪਰੇਟ ਨਹੀਂ ਕਰਦੀ ਹੈਗੀ। ਅਤੇ ਇਸੇ ਤਰ੍ਹਾਂ ਨਿਊਯਾਰਕ ਦੇ ਮੇਅਰ ਜੋ ਹੈਗੇ ਆ ਉਹ ਐਰਿਕ ਐਡਮਸ, ਉਹ ਵੀ ਕਾਫੀ ਅਪਸੈਟ ਹੋਏ ਸੀ ਕਿਉਂਕਿ ਉਹਨਾਂ ਦੇ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਆਲਰੇਡੀ ਅਨਡਾਕੂਮੈਂਟਡ ਬੰਦੇ ਪਹੁੰਚੇ ਆ। ਸੋ ਇਹ ਹੁਣ ਰਿਫਟ ਜੋ ਆ ਇਹ ਕਾਫੀ ਵੱਧ ਰਹੀ ਆ, ਅਤੇ ਫਲੋਰੀਡਾ ਅਤੇ ਟੈਕਸਸ ਵਾਲੇ ਕਹਿ ਰਹੇ ਆ ਵੀ ਸਾਡੀਆਂ ਦੋ ਸਟੇਟਾਂ ਬਹੁਤ ਜ਼ਿਆਦਾ ਹਿੱਟ ਹੋ ਰਹੀਆਂ, ਹਾਲਾਂਕਿ ਕੈਲੀਫੋਰਨੀਆ ਵੀ ਸਾਨੂੰ ਪਤਾ ਹੀ ਆ ਵੀ ਵੱਡੀ ਗਿਣਤੀ 'ਚ ਲੋਕ ਕੈਲੀਫੋਰਨੀਆ ਕ੍ਰੋਸ ਕਰਦੇ ਆ, ਐਰੀਜ਼ੋਨਾ ਤੋਂ ਵੀ ਕਰਦੇ ਆ, ਟੈਕਸਸ ਅਤੇ ਫਲੋਰੀਡਾ ਤੋਂ ਵੀ ਕਰਦੇ ਆ। ਬਿਲਕੁਲ,